ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਥਾਣਾ ਖਾਲੜਾ ਦੀ ਪੁਲਿਸ ਨੇ ਵੱਖ-ਵੱਖ ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ SSP ਧਰੂਵ ਦਹੀਆ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਖਾਲੜਾ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਵੱਖ-ਵੱਖ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ SHO ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ SI ਸਤਪ੍ਰੀਤ ਸਿੰਘ ਚੌਂਕੀ ਰਾਜੋਕੇ ਤੋਂ ਪਿੰਡ ਬਾਸਰਕੇ ਨੂੰ ਗਸ਼ਤ ਕਰਨ ਜਾ ਰਹੇ ਸੀ। ਜਦ ਪੁਲਿਸ ਟੀ ਪੁਆਇੰਟ ਬਾਸਰਕੇ ਹੁੰਦਲ ਪੁੱਜੀ ਤਾਂ ਪਿੰਡ ਬਾਸਰਕੇ ਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਹੀਰੋ ਡੀਲੈਕਸ ਬਿਨ ਨੰਬਰੇ ਤੇ 2 ਮੋਨੇ ਵਿਅਕਤੀ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਨੂੰ ਦੇਖ ਕੇ ਯਕਦਮ ਘਬਰਾ ਕੇ ਮੋਟਰਸਾਈਕਲ ਹੌਲੀ ਕਰਕੇ ਪਿੱਛੇ ਮੁੜਨ ਲੱਗੇ, ਜਿਸ ਨੂੰ ਪੁਲਿਸ ਕਰਮਚਾਰੀਆਂ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਰਣਜੀਤ ਸਿੰਘ, ਪੁੱਤਰ ਗੁਰਨਾਮ ਸਿੰਘ, ਪੁੱਤਰ ਤੇਜਾ ਸਿੰਘ ਵਾਸੀ ਮਾੜੀ ਉਦੋਕੇ ਅਤੇ ਦੂਸਰਾ ਵਿਅਕਤੀ ਹਰਬੰਸ ਸਿੰਘ, ਪੁੱਤਰ ਸੂਬਾ ਸਿੰਘ ਮਾੜੀ ਕੰਬੋਕੇ ਦੱਸਿਆ। ਕਾਬੂ ਕੀਤੇ ਗਏ ਵਿਅਕਤੀਆਂ ਦੇ ਮੋਟਰਸਾਈਕਲ ਦੀ ਚੈਕਿੰਗ ਕੀਤੀ ਤਾਂ ਮੋਟਰਸਾਈਕਲ ਦੀ ਕਾਗਜ਼ ਰੱਖਣ ਵਾਲੀ ਡਿੱਗੀ ਵਿੱਚੋਂ ਇੱਕ ਮੋਮੀ ਲਿਫਾਫੇ ਵਿੱਚ ਖੁੱਲ੍ਹੀਆਂ ਹੋਈਆਂ 220 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਹੀ ASI ਸਲਵਿੰਦਰ ਸਿੰਘ ਥਾਣਾ ਖਾਲੜਾ ਤੋਂ ਗਸ਼ਤ ਕਰਨ ਮਾੜੀ ਉਦੋਕੇ ਨੂੰ ਜਾ ਰਹੇ ਸਨ। ਕਿਸੇ ਮੁਖਬਰ ਖਾਸ ਪਾਸ ਤਲਾਹ 'ਤੇ ਕਿ ਮਿੰਟੂ ਪੁੱਤਰ ਦਿਲਬਾਗ ਸਿੰਘ ਵਾਸੀ ਮਾੜੀ ਮੇਗਾ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਦਾ ਕਸੀਦ ਕਰਨ ਦਾ ਆਦੀ ਹੈ। ਜੇਕਰ ਉਸਦੇ ਘਰ ਰੇਡ ਕੀਤਾ ਜਾਵੇ ਤਾਂ ਵੱਡੀ ਮਾਤਰਾ ਵਿੱਚ ਸ਼ਰਾਬ ਜਾਂ ਲਾਹਣ ਦੀ ਚਾਲੂ ਭੱਠੀ ਬਰਾਮਦ ਕੀਤੀ ਜਾ ਸਕਦੀ ਹੈ। ਜਦ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਇਸ ਤੋਂ 160 ਲੀਟਰ ਲਾਹਣ ਅਤੇ 80 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਇਹਨਾਂ ਤਿੰਨਾਂ ਵਿਅਕਤੀਆਂ ਖਿਲਾਫ਼ ਥਾਣਾ ਖਾਲੜਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ FIR ਹਰਬੰਸ ਸਿੰਘ ਮਾੜੀ ਵਾਸੀ ਮਾੜੀ ਕੰਬੋਕੇ ਅਤੇ ਰਣਜੀਤ ਸਿੰਘ ਮਾੜੀ ਉਦੋਕੇ ਜਿਹੜੇ ਕੱਪੜ ਖਿਲਾਫ ਆ, ਚੌਂਕੀ ਇੰਚਾਰਜ ਅੰਮ੍ਰਿਤ ਕੁਮਾਰ ਸਿੰਘ ਸਾਹਿਬ ਬੈਠ ਰਾਜੋਕੇ ਨੇ ਬਾਸਰ ਕੇ ਟੀ ਪੁਆਇੰਟ ਦੇ ਨਾਕਾ ਲਾਇਆ ਸੀ। ਉੱਥੇ ਮੋਟਰਸਾਈਕਲ 'ਤੇ ਦੋਵੇਂ ਆ ਰਹੇ ਸੀ। ਮੋਟਰਸਾਈਕਲ ਦੀ ਤਲਾਸ਼ੀ ਲੈਣ 'ਤੇ ਉਹਦੇ ਟੂਲ ਬੋਕਸ ਦੇ ਵਿੱਚੋਂ 220 ਖੁੱਲ੍ਹੀਆਂ ਗੋਲੀਆਂ ਮਿਲੀਆਂ, ਜਿਹਨਾਂ ਦੇ ਤਹਿਤ ਉਹਨੂੰ ਕਾਬੂ ਕਰਕੇ ਅਤੇ ਫਿਰ ਉਹਨਾਂ 'ਤੇ ਪਰਚੇ ਦਰਜ ਕੀਤੀ ਗਈ। ਅਤੇ ਦੂਜੀ FIR ਉਹ ਮਿੰਟੂ ਸਿੰਘ ਵਾਸੀ ਮਾੜੀ ਮੇਕੇ ਦਾ ਵਾ, ਇਹਦੇ ਘਰ ਭੱਠੀ ਲੱਗੀ ਸੀ। 160 ਗ੍ਰਾਮ ਲੀਟਰ ਲਾਣ, 80 ਬੋਤਲਾਂ ਸ਼ਰਾਬ ਦੀਆਂ ਮੌਕੇ 'ਤੇ ਬਰਾਮਦ ਹੋਈਆਂ, ਜਿੱਥੇ ਤਹਿਤ ਉਹਨਾਂ ਦੇ FIR ਦਰਜ ਕੀਤੀ ਗਈ। ਸਰ ਕਿੰਨਾ ਕਿੰਨਾ ਵੱਲੋਂ ਇਹ ਜਿਹੜੀ ਆ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਗਈ? ਇਹਦਾ NDPS ਦਾ ਇੱਕ ਤਾਂ ਉਹ ਪਹਿਲੀ ਤਫਤੀਸ਼ ਸਬ ਇੰਸਪੈਕਟਰ ਅਮਰਪਾਲ ਸਿੰਘ ਵੱਲੋਂ ਹੋਈ ਆ, ਦੂਜੀ ਜਿਹੜੀ ਆ ਸਬ ਇੰਸਪੈਕਟਰ ਆਪਣੇ ਅਮਰੀਕ ਸਿੰਘ ਵੱਲ, ਜਿਹੜਾ ਸ਼ਰਾਬ ਵਾਲਾ ਪਰਚਾ ਵਾ ਇਹ ਜਿਹੜਾ ਵਾ ਦੇਸ਼ਰਾਜ ਸਿੰਘ, ਇਹ ਅਸੀਂ ਦੇਸ਼ਰਾਜ ਸਿੰਘ ਵੱਲੋਂ। ਅਤੇ ਸਰ ਇਹਨਾਂ ਦਾ ਚੋਰ ਮਾਂਡ ਵੀ ਮੰਗਿਆ ਜਾਊਗਾ ਕਿਸੇ ਦਾ ਕਿ ਜਾਂ ਰਿਮਾਂਡ ਲਿਖਿਆ ਇਹਨਾਂ ਦਾ, ਅੱਗੇ ਪੁੱਛ ਕਿਛ ਕਰਕੇ ਫਿਰ ਅੱਗੇ ਤਫਤੀਸ਼ ਕਰਨੀ ਰਿਮਾਂਡ ਦਾ?